ਪੰਜਾਬ ਨੂੰ ਹਲੇ ਵੀ GST ਦੀ ਜਿਹੜੀ ਕਿਸ਼ਤ ਆ ਉਹ ਨਹੀਂ ਆਈ, ਕਾਫੀ ਪੈਂਡਿੰਗ ਹੋ ਗਈ ਪੰਜਾਬ ਦੇ ਵਿੱਚ, ਕਾਫੀ ਹਾਲਾਤ ਜਿਹੜੇ ਨੇ ਫਾਈਨੈਂਸ਼ੀਅਲੀ ਖਰਾਬ ਹੋਏ ਨੇ। ਅੱਜ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਗੱਲਬਾਤ ਕੀਤੀ ਹੈ, ਮੁਲਾਕਾਤ ਹੋਈ ਹੈ, ਕਿਆ ਕੁਛ ਨਿਕਲ ਕੇ ਆਇਆ ਗੱਲਬਾਤ ਕਰਦੇ ਉਹਨਾਂ ਨਾਲ ਹੀ, ਮਤਲਬ ਸਾਹਿਬ ਮੁਲਾਕਾਤ ਹੋਈ ਹੈ, ਕਿਆ ਕੁਛ ਪੋਜ਼ਿਟਿਵ ਮਿਲਿਆ ਸੰਕੇਤ? ਸਭ ਅੱਜ 6 ਸੂਬਿਆਂ ਦੇ ਫਾਈਨੈਂਸ ਮਿਨਿਸਟਰ ਅੱਜ ਯੂਨੀਅਨ FM ਨਾਲ ਉਹਨਾਂ ਦੀ ਮੁਲਾਕਾਤ ਹੋਈ, ਔਰ ਬੰਗਾਲ ਦੇ ਮਿਨਿਸਟਰ ਆ ਨਹੀਂ ਸਕੇ, ਉਹਨਾਂ ਦੀ ਅਸੈਂਬਲੀ ਸੀ, ਕੇਰਲ ਦੇ ਮਿਨਿਸਟਰ ਨਹੀਂ ਆ ਸਕੇ, ਉਹਨਾਂ ਦੇ ਕੋਈ ਹੋਰ ਉਹਨਾਂ ਦੀਆਂ ਕੋਈ ਕਮਿਟਮੈਂਟ ਸੀ। ਤਾਂ ਜੋ ਪੰਜਾਬ ਦਾ ਮੁਤਾਲਬਾ ਸੀ ਕਿ ਜਿਸ ਵੇਲੇ GST ਕਾਨੂੰਨ ਨਾਫਿਜ਼ ਕੀਤਾ ਗਿਆ ਤਾਂ ਉਸ ਵੇਲੇ 23% ਟੋਟਲ ਪੰਜਾਬ ਦਾ ਜਿਹੜਾ ਰੈਵਨਿਊ ਸੀ ਉਹ ਸਾਨੂੰ ਕਣਕ ਔਰ ਝੋਨੇ ਦੀ ਜਿਹੜੀ ਖਰੀਦ ਹੈ ਉਹਦੀ ਆਮਦਨ 'ਚ ਆਉਂਦਾ ਸੀ। ਗਵਰਨਮੈਂਟ ਆਫ ਇੰਡੀਆ ਨੇ ਉਸ ਵੇਲੇ ਵਾਅਦਾ ਕੀਤਾ ਸੀ ਕਿ ਜੋ ਵੀ ਲੌਸ ਹੋਏਗਾ 23% ਦਾ ਇਹਦੀ ਅਸੀਂ ਤੁਹਾਨੂੰ ਭਰਪਾਈ ਕਰ ਦਾਂਗੇ, ਕੰਪਨਸੇਸ਼ਨ ਦੇ ਦਿਆਂਗੇ। ਮੁਸ਼ਕਿਲ ਹੁਣ ਇਹ ਆ ਗਈ ਹੈ ਕਿ ਅਗਸਤ, ਸਤੰਬਰ, ਅਕਤੂਬਰ, ਨਵੰਬਰ 4 ਮਹੀਨਿਆਂ ਦੀ ਕੰਪਨਸੇਸ਼ਨ ਜਿਹੜੀ ਹੈ ਪਲੱਸ 2000 ਕਰੋੜ ਦੇ ਏਰੀਅਰ ਹੈ ਉਹ ਅਜੇ ਤੱਕ ਨਹੀਂ ਆਏ। ਤਾਂ ਮੈਨੂੰ ਇਹ ਤਾਂ ਠੀਕ ਹੈ ਕਿ ਉਹਨਾਂ ਨੇ ਸਾਡੀ ਗੱਲਬਾਤ ਜਿਹੜੀ ਹੈ ਔਰ ਸਾਡੀਆਂ ਮੁਸ਼ਕਿਲਾਂ ਸਾਡੀਆਂ ਕੀ ਹੈ, ਅਸੀਂ ਆਪਣੇ ਹਸਪਤਾਲ ਬੰਦ ਨਹੀਂ ਕਰ ਸਕਦੇ, ਅਸੀਂ ਆਪਣੇ ਸਕੂਲ ਬੰਦ ਨਹੀਂ ਕਰ ਸਕਦੇ, ਅਸੀਂ ਆਪਣੀਆਂ ਜੇਲ੍ਹਾਂ ਬੰਦ ਨਹੀਂ ਕਰ ਸਕਦੇ, ਨਹਿਰਾਂ ਬੰਦ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਸਾਡੀ ਗੱਲ ਬੜੀ ਅਦਬ ਔਰ ਸਬਰ ਨਾਲ ਸੁਣੀ, ਉਹਨਾਂ ਨੇ ਇਹ ਵੀ ਫਰਮਾਇਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ ਹਾਂ, ਔਰ ਜਿੰਨੀ ਜਲਦੀ ਹੋ ਸਕਿਆ, ਜਿੰਨੀ ਜਲਦੀ ਮੁਮਕਿਨ ਹੈ ਔਰ ਜਿੰਨੀ ਉਹਨਾਂ ਦੀ ਹੈਸੀਅਤ ਅਤੇ ਔਕਾਤ ਹੈ ਅਸੀਂ ਉਨੀ ਜਲਦੀ ਤੁਹਾਨੂੰ ਇਹ ਕੰਪਨਸੇਸ਼ਨ ਜਿਹੜੀ ਹੈ ਇਹ ਦੇ ਦਾਂਗੇ। ਅਸੀਂ ਤਾਂ ਸਗੋਂ ਦੀ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਦੇਖੋ ਜੀ ਅਸੀਂ ਤਾਂ ਨਵੇਂ ਨੋਟ ਵੀ ਨਹੀਂ ਛਾਪ ਸਕਦੇ, ਅਸੀਂ ਐਕਸਟਰਾ ਬੋਰੋਇੰਗ ਵੀ ਨਹੀਂ ਕਰ ਸਕਦੇ। ਗਵਰਨਮੈਂਟ ਆਫ ਇੰਡੀਆ ਤਾਂ ਨੋਟ ਵੀ ਛਾਪ ਸਕਦੀ ਹੈ, ਬੋਰੋਇੰਗ ਵੀ ਕਰ ਸਕਦੀ ਹੈ, ਸਟੇਟਸ ਜਿਹੜੀਆਂ ਇਹ ਬੜੀ ਮੁਸ਼ਕਿਲ 'ਚ ਹੈ। ਬਹਰਹਾਲ ਉਹਨਾਂ ਨੇ ਸਾਨੂੰ ਕੋਈ ਟਾਈਮ ਲਾਈਨ ਨਹੀਂ ਦਿੱਤਾ ਕਿ ਫਲਾਂ ਤਾਰੀਖ ਤੱਕ ਇਹ ਕੰਪਨਸੇਸ਼ਨ ਆ ਜਾਏਗੀ, ਪਰ ਉਹਨਾਂ ਨੇ ਮੈਨੂੰ ਲੱਗਦਾ ਬੜੇ ਔਰ ਮੈਂ ਯੂਨੀਅਨ ਫਾਈਨੈਂਸ ਮਿਨਿਸਟਰ ਔਰ ਜਿਸ ਰੁਤਬੇ 'ਤੇ ਉਹ ਬੈਠੇ ਹੈ ਸੋ ਮੈਂ ਉਹਨਾਂ ਦੀ ਇਸ ਗੱਲ ਦਾ ਤਾਂ ਇਹਤਰਾਮ ਕਰਦਾ ਕਿ ਜੇ ਉਹਨਾਂ ਨੇ ਵਾਅਦਾ ਦਿੱਤਾ ਤਾਂ ਵਾਅਦਾ ਵੀ ਇੱਕ ਕਿਸਮ ਦਾ ਤੁਸੀਂ ਸਮਝੋ ਗਾਰੰਟੀ ਹੁੰਦੀ ਹੈ। ਰੀਜ਼ਨ ਕੀ ਦਿੱਤਾ ਜਾ ਰਿਹਾ, ਕਿਉਂ ਲੇਟ ਹੋ ਰਿਹਾ ਪਹਿਲਾਂ? ਉਹਨਾਂ ਨੇ ਅਸੀਂ ਪੁੱਛਿਆ ਸੀ ਕਿ ਦੇਖੋ ਅਸੀਂ ਵੀ ਤੁਹਾਡੇ ਨਾਲ ਵੀ ਆਰ ਇਕੁਅਲ ਸਟੇਕ ਹੋਲਡਰਸ, ਜੇ ਕੋਈ ਐਸੀ ਗੱਲ ਹੈ ਤਾਂ ਤੁਸੀਂ ਸਾਨੂੰ ਕੌਨਫੀਡੈਂਸ 'ਚ ਲੈ ਲਓ, ਜੇ ਹਿੰਦੁਸਤਾਨ ਦੀ ਤਰੱਕੀ, ਹਿੰਦੁਸਤਾਨ ਦੀ ਸਾਲਮੀਅਤ ਦਾ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਦੱਸ ਦਿਓ, ਅਸੀਂ ਸਮਝ ਜਾਵਾਂਗੇ। ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਕੋਈ ਡਿਟੇਲ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੀ ਔਰ ਮੇਰਾ ਤੁਹਾਡੇ ਨਾਲ ਇਹ ਵਾਅਦਾ ਕਿ ਜਲਦੀ ਸੇ ਜਲਦੀ ਦੇ ਦੇ। ਪੰਜਾਬ ਦੇ ਇੰਪਲੋਈਜ਼ ਨੂੰ ਹੁਣ ਤੁਸੀਂ ਦਿੰਦੇ ਹੋ ਦਿਲਾਸਾ ਕਿ ਹੋ ਜਾਏਗਾ ਹਫ਼ਤੇ ਤੱਕ ਜਾਂ ਜ਼ਿਆਦਾ ਟਾਈਮ? ਸਰ, ਇੰਪਲੋਈਜ਼ ਨੂੰ ਨਹੀਂ, ਸਾਰੇ ਪੰਜਾਬ ਦੀ ਆਵਾਮ ਨੂੰ। ਤਾਂ ਪੰਜਾਬ ਦੀਆਂ ਇੰਪਲੋਈਜ਼ ਦੀ ਤਾਂ ਤਨਖਾਹਾਂ ਆਲਰੇਡੀ ਯੂਨੋ ਸਟੈਂਡਸ ਰਿਲੀਜ਼ਡ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਤਰੱਕੀਆਤੀ ਕੰਮ ਹੈ, ਜੋ ਬੁਨਿਆਦੀ ਢਾਂਚੇ ਨੂੰ ਅਸੀਂ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੇ ਵਿੱਚ ਵੀ ਤਾਂ ਫਿਰ ਚਾਲ ਜਿਹੜੀ ਹੈ ਮੱਠੀ ਪੈ ਜਾਂਦੀ ਹੈ, ਚਾਲ ਜਿਹੜੀ ਹੈ ਸੁਸਤ ਪੈ ਜਾਂਦੀ ਹੈ, ਇਹਨੂੰ ਤੇਜ਼ ਰਫ਼ਤਾਰੀ ਨਾਲ ਚਲਾਉਣਾ। ਸੋ ਬਹਰਹਾਲ ਇਸ ਕਿਸਮ ਦੇ ਹਾਲਾਤ। ਥੈਂਕ ਯੂ ਸਰ। ਆਖਰੀ ਸਵਾਲ ਹੈ ਮੇਰਾ, ਸਾਰੇ ਗੈਰ BJP ਸੂਬੇ ਦੇ ਫਾਈਨੈਂਸ ਮਿਨਿਸਟਰ ਪਹੁੰਚੇ, ਕੀ ਲੱਗਦਾ ਵਿਤਕਰਾ ਕਰ ਰਿਹਾ ਸੈਂਟਰ? ਨਹੀਂ, ਕੰਪਨਸੇਸ਼ਨ ਤਾਂ ਸਾਰੇ ਸੂਬਿਆਂ ਨੂੰ ਨਹੀਂ ਮਿਲੀ, ਪਰ ਮੈਨੂੰ ਲੱਗਦਾ ਹੈ ਕਿ BJP ਵਾਲੇ ਸੂਬੇ ਜਿਹੜੇ ਆ ਉਹਨਾਂ ਦੇ ਫਾਈਨੈਂਸ ਮਿਨਿਸਟਰ, ਉਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਪੌੜੀਆਂ ਚੜ੍ਹ ਜਾਣ, ਇਹਦਾ ਸਿਰਫ ਆਪੋਜੀਸ਼ਨ ਦੀ ਜ਼ਰੂਰਤ ਹੈ। ਥੈਂਕ ਯੂ। ਬਿਲਕੁਲ, ਇਹ ਸੀ ਮੇਰੇ ਨਾਲ ਮਨਪ੍ਰੀਤ ਬਾਦਲ, ਜਿਨ੍ਹਾਂ ਦਾ ਕਹਿਣਾ ਹੈ ਕਿ ਉਮੀਦ ਪੂਰੀ ਬੰਦੀ ਹੈ ਅਤੇ ਗਰੰਟੀ ਉਹਨਾਂ ਦੀ ਜਿਹੜੀ, ਜਿਹਨੇ ਜਿਸ ਤਰ੍ਹਾਂ ਨਿਰਮਲ ਸੀਤਾਰਮਨ ਨੇ ਕਿਹਾ ਕਿ ਉਹ ਗਰੰਟੀ ਦਿੰਦੇ ਨੇ ਪੈਸਾ ਆ ਜਾਣਗਾ, ਤਾਂ ਉਸੇ 'ਤੇ ਉਮੀਦ ਕਾਇਮ ਹੈ ਅਤੇ ਮੰਨਿਆ ਜਾ ਸਕਦਾ ਬੜੀ ਛੇਤੀ ਫੰਡ ਜਿਹੜਾ ਰਿਲੀਜ਼ ਹੋ ਸਕਦਾ। ਦਿੱਲੀ ਤੋਂ ਕੈਮਰਾਮੈਨ ਲਕਸ਼ ਨਾਲ ਨਿਤਿਨ ਦਿਮਾਨ, ਦੈਨਿਕ ਸਵੇਰਾ TV। ਦੈਨਿਕ ਸਵੇਰਾ ਇਸ ਵਾਰ ਨਿਕਲਿਆ ਇੱਕ ਅਜਿਹੇ ਪੈਂਡੇ 'ਤੇ ਜਿੱਥੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਚਾਲੇ ਪਾਏ, ਜਿੱਥੇ ਘਮਾਸਾਨ ਜੰਗਾਂ ਹੋਈਆਂ, ਜਿੱਥੇ ਪਰਿਵਾਰ ਦਾ ਵਿਛੋੜਾ ਪੈ ਗਿਆ, ਜਿੱਥੇ 10 ਲੱਖ ਫੌਜਾਂ ਦੇ ਨਾਲ ਲੜਦਿਆਂ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਰਾਹਾਂ ਤੇ ਦਾਦੀ ਮਾਂ ਦੇ ਨਾਲ ਚੱਲਦਿਆਂ ਛੋਟੇ ਸਾਹਿਬਜ਼ਾਦਿਆਂ ਦਾ ਅਡੋਲ ਸਿਦਕ ਪੋਹ ਦੀਆਂ ਠੰਡੀਆਂ ਰਾਤਾਂ ਵੀ ਮੱਠੀਆਂ ਕਰ ਗਿਆ।
ਸੋ ਦੇਖਣਾ ਨਾ ਭੁੱਲਣਾ ਸ਼ਹੀਦੀ ਪੈਂਡੇ ਦੀਆਂ ਉਹ 6 ਰਾਤਾਂ ਜਿਸ ਨੇ ਸਿੱਖ ਕੌਮ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਸਿਰਜ ਦਿੱਤਾ। ਸਿਰਫ ਤੇ ਸਿਰਫ ਦੈਨਿਕ ਸਵੇਰਾ ਤੇ ਹਰ ਰੋਜ਼ ਸਵੇਰੇ 8 ਵਜੇ।